ਸੁਪਨੇ ਆਸਮਾਨ 'ਚ ਚਮਕਦੇ ਉਸ ਤਾਰੇ ਵਾਂਗ ਹੁੰਦੇ ਨੇ ਜਿਸ ਤੱਕ ਪਹੁੰਚਣ ਦੀ ਕੋਸ਼ਿਸ਼ ਤਾਂ ਹਰ ਕੋਈ ਕਰਦਾ, ਪਰ ਉਸ ਉਚਾਈ ਤੱਕ ਪਹੁੰਚਣ ਲਈ ਦੋ ਹੀ ਰਸਤੇ ਹੁੰਦੇ ਨੇ, ਜਾਂ ਤਾਂ ਆਪਣੇ ਡੈਡੀ ਦੀ ਗੱਲ ਮੰਨ ਲਓ ਜਾਂ ਫਿਰ ਆਪਣੇ ਦਿਲ ਦੀ। ਜਿਹੜੇ ਆਪਣੀ ਦਿਲ ਦੀ ਗੱਲ ਮੰਨ ਕੇ ਡਿੱਗਦੇ ਟਹਿੰਦੇ ਹੱਸਦੇ ਖੇਡਦੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਨੇ, ਉਹੀ ਹੁੰਦੇ ਨੇ ਪਿਓਰ ਪੰਜਾਬੀ।